ਕਹਦਾ ਬੰਦੀ ਸਿੰਘਾਂ ਵਾਲੇ ਮੋਰਚੇ 'ਚੋਂ ਰਫਤਾਰ ਆਏ ਪੈਸੇ ਖਾ ਗਿਆ ਤੇ ਮੈਂ ਹੁਣ ਇੱਥੇ ਗੋਲਕਚੋਰ ਨੂੰ ਕਹਿਣਾ ਗੱਲ ਸੁਣੋ ਗੋਲਕਚੋਰਾ ਤੈਨੂੰ 2 ਦਿਨਾਂ ਦਾ ਟਾਈਮ ਦਿੱਤਾ ਮੈਂ ਲੈ ਸਾਫਤ ਕਰ ਵੀ ਰਫਤਾਰ ਆਏ ਨੇ ਕਿਹੜੇ ਮੋਰਚੇ 'ਚੋਂ ਪੈਸੇ ਖਾਦੇ ਆ ਨਹੀਂ 2 ਦਿਨਾਂ ਦੇ ਬਾਅਦ ਮੈਂ ਸਾਫਤ ਕਰੂੰ ਤੂੰ ਜਿਹੜੇ ਬੰਦਿਆਂ ਦੇ ਨਾਲ ਠੱਗੀਆਂ ਮਾਰੀਆਂ ਨੇ ਬੈਠਾ ਘਰੇ ਸੋਫਿਆਂ ਤੇ ਬਕਵਾਸ ਕਰੀ ਜਾਂਦਾ ਉਦੋਂ ਤੈਨੂੰ ਜਗਦੀਪ ਥਲੀ ਨੇ ਸੁੱਕਾ ਛੜਤਾ ਹੋਂ ਨਹੀਂ ਮੈਂ ਸੁੱਕਾ ਛੜਦਾ ਤੇਰਾ ਬਣਦਾ ਦੇਖੀ ਕਿ ਕਿਵੇਂ ਤੇਰੀ ਮੈਂ ਰੇਲ ਬਣਾਉਂਦਾ ਕਿਵੇਂ ਤੇਰਾ ਜਰੂਸ ਕਰਦਾ ਹੁਣ ਮੈਂ ਸੋਸ਼ਲ ਮੀਡੀਆ ਤੇ ਦਿੱਲੀ ਆਣ ਵਾਤੇ 5000 ਦੀਲ ਗੱਡੀ ਖਾ ਲਈ ਹੁਣ ਜਾਣਦਾ ਕਿੱਥੋਂ ਮੈਂ ਲੈ ਗੱਟੀਆਂ ਵਿੱਚ ਤੇਲ ਕਿੱਥੋਂ ਪੈਂਦਾ ਹੁਣ ਗੋਲਕ ਚੋਰ ਗੋਲਕਾ ਚੋਂ 10 10 ਰੁਪਏ ਚੋਰੀ ਕਰਨ ਵਾਲੇ ਸਾਤੋਂ ਗੱਡੀਆਂ ਦੇ ਤੇਲ ਦਾ حساب ਮੰਗਣਗੇ ਅੱਜ ਮੈਂ ਉਹਨਾਂ ਖਰਚਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਨੂੰ ਮੇਰੀ ਗੱਲਬਾਤ ਸੁਣ ਕੇ ਪੂਸ਼ ਨੂੰ ਅਗਲਗ ਦੀ ਹੁੰਦੀ ਹੈ ਮੇਰੇ ਬਾਰੇ ਤੁਹਾਨੂੰ ਪਤਾ ਹੀ ਹੈ ਮੈਂ ਬੇਵਾਕ ਬੋਲਦਾ ਗੋਲ ਮਟੋਲ ਜੀ ਗੱਲ ਨਾ ਮੈਂ ਕਦੇ ਕੀਤੀ ਹੈ ਤੇ ਨਾ ਮੈਂ ਕਰ ਰਹੀ ਹਾਂ ਇੱਕ ਮੇਰੀ ਫਿਤਰਤ ਹੈ ਮੈਂ ਅੱਜ ਤੱਕ ਕਿਸੇ ਨੂੰ ਫੋਨ ਤੇ ਗਾਲ ਨਹੀਂ ਕਢੀ ਤੇ ਨਾ ਹੀ ਆਪਾਂ ਕਢਦੇ ਹਾਂ ਤੇ ਨਾ ਹੀ ਕੱਢਣ ਦਾ ਕਦੇ ਮਨ ਆਇਆ ਸਾਡੀ ਜਿਹੜੀ جنگ ਹੈ ਉਹ ਵਿਚਾਰਾਂ ਦੀ جنگ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਰਾਜੇ ਸਿੰਘ ਮੁਕੱਦਮ ਕੁੱਤੇ ਸ਼ਬਦ ਵਰਤੇ ਹੋਏ ਨੇ ਮੈਂ ਤਾਂ ਕੇਵਲ ਕਤੀੜ ਹੀ ਕਹਿਣਾ ਉਹਨਾਂ ਜਾਂ ਖੱਚ ਕਹਿਣਾ ਹੁੰਦਾ ਇੱਕ ਸ਼ੋਰ ਜਿਹਾ ਹੈਗਾ ਰਫਤਾਰ ਰਾਏ ਅਜਾ ਉਹਨੇ ਮੈਨੂੰ ਫੋਨ ਲਾਇਆ ਇੱਕ ਦਿਨ ਪਹਿਲਾਂ ਉਹਨੇ ਵੀਡੀਓ ਪਾਤੀ ਸੀ ਲਖੇ ਸਦੌਣੇ ਤੁਸੀਂ ਐਦਾਂ ਬੋਲਦੇ ਹੋ ਤੁਸੀਂ ਭਾਨੇ ਸਿੱਧੂ ਨੂੰ ਐਦਾਂ ਬੋਲਦੇ ਹੋ ਤੁਸੀਂ ਮਾਂ ਨੂੰ ਫਲਾਣ ਨੂੰ ਐਦਾਂ ਬੋਲਦੇ ਹੋ ਮੈਂ ਦੱਸਣਾ ਚਾਹਨਾ ਜਿਹੜੇ ਉਹਦੇ ਦਰਸ਼ਕ ਵੀ ਹੋਣਗੇ ਉਹਦੇ ਫੈਨ ਹੋਣਗੇ ਜਾਂ ਮੇਰੇ ਸਭ ਨੂੰ ਮੈਂ ਬੇਨਤੀ ਕਰਦਾ ਮੈਂ ਸੁਖਵੀਰ ਬੱਲ ਦੇ ਜੁੱਤੀ ਮਾਰੀ ਹੋਈ ਹੈ 5000 ਦੇ ਇਕੱਠ ਵਿੱਚ ਇਹ ਰਫਤਾਰ ਆਏ ਵਰਗੇ ਕਿਹੜੇ ਬਾਗ ਦੀ ਮੂਲੀ ਹੈ ਖੇਤਰ ਬਥੇਰੇ ਨੇ ਫਿਰਿਆ ਸੀ ਜਾਂਦੇ ਪੜ ਕੇ ਤੇ ਇਹਨਾਂ ਦਾ ਮਕਸਦ ਪਤਾ ਕੀ ਹੈ ਗੱਡੀ 'ਚ ਬਹਿ ਜਾਂਦੇ ਨੇ ਲਾ ਕੇ ਫੋਨ ਉਧਰੋਂ ਕੈਮਰਾ ਲੱਗਾ ਹੁੰਦਾ ਵੀਡੀਓ ਪਾ ਕੇ ਦੇਖੋ ਬੂਟਾ ਸਿੰਘ ਭੱਜ ਗਿਆ ਫੋਨ ਕੱਟ ਕੇ ਬੂਟਾ ਸਿੰਘ ਐਦਾਂ ਕਹਿੰਦਾ ਇਹਨਾਂ ਕੋਲੇ ਆ ਜਵਲੀਆਂ ਹੁੰਦੀਆਂ